ਮੇਰੇ ਭੈਣ ਭਰਾਵੋ ਅੱਜ ਅਸੀਂ ਚਪਰੌਂਦਾ ਪਿੰਡ ਦੇ ਵਿੱਚ ਹੈ। ਮੈਨੂੰ 11.5 ਸਾਲ ਹੋ ਗਏ ਕੈਂਸਰ ਦੇ ਕੰਮ ਕਰਦੇ ਨੂੰ। ਅੱਜ ਮੇਰਾ ਮਨ ਬਹੁਤ ਖੁਸ਼ ਹੈ। ਮੇਰੀ ਜ਼ਿੰਦਗੀ ਦਾ ਸਭ ਤੋਂ ਕਾਮਯਾਬ ਕੈਂਪ ਆ। 15,000 ਬੰਦਾ ਇੱਥੇ ਪਹੁੰਚਿਆ ਵਾ। ਮੈਂ ਵੀਰ ਜੀ ਸੱਭੀ ਦਾਲੀਵਾਲ ਨੂੰ ਜੋ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਆ, ਬਹੁਤ ਧੰਨਵਾਦ ਕਰਦਾ ਇਹਨਾਂ ਲੋਕਾਂ ਦਾ ਜਿਹੜਾ ਆਪਦੀ ਸਿਹਤ ਲਈ ਇੰਨੇ ਜਾਗਰੂਕ ਹੈ। ਮੈਂ ਵੀਟ ਗ੍ਰਾਸ ਦਾ ਹਮੇਸ਼ਾ ਦੁਨੀਆਂ ਦੇ ਵਿੱਚ ਰੌਲਾ ਪਾਉਣਾ। ਮੈਂ ਨਹੀਂ ਕਹਿੰਦਾ, ਸਾਇੰਟਿਸਟ ਕਹਿ ਰਹੇ ਆ ਵੀ ਜਦੋਂ ਆਪਾਂ ਨੂੰ ਮਲੇਰੀਏ ਤੋਂ ਬਚਣ ਦੇ ਲਈ ਆਪਾਂ ਕਨੀਨ ਖਾਂਦੇ ਹਾਂ ਪਹਿਲਾਂ। ਕਨੀਨ ਤੋਂ ਪਹਿਲਾਂ ਕੀ ਕਰਦੇ ਹਾਂ ਆਪਾਂ? ਮੱਛਰਦਾਨੀ ਲਾਉਂਦੇ ਹਾਂ ਵੀ ਮੱਛਰ ਲੜੇ ਹੀ ਨਾ, ਵੀ ਮਲੇਰੀਆ ਹੋਵੇ ਹੀ ਨਾ। ਵੀਟ ਗ੍ਰਾਸ ਇੱਕ ਉਹ ਚੀਜ਼ ਹੈ ਕਿ ਜਿਹੜੀ ਤੁਹਾਨੂੰ ਕੈਂਸਰ ਹੋਣ ਹੀ ਨਹੀਂ ਦਊ। ਇਹ ਕੀ ਚੀਜ਼ ਹੈ ਜੀ? ਇਹ ਵੀਰ ਜੀ ਦੱਸਣਗੇ ਵੀ ਵੀਟ ਗ੍ਰਾਸ ਉਗਾਉਣਾ ਕਿਵੇਂ ਆ, ਫਿਰ ਮੈਂ ਤੁਹਾਡੇ ਸਾਹਮਣੇ ਪੀਊਂਗਾ। ਇਹ ਦੱਸਣਗੇ ਵੀ ਕਿਵੇਂ ਉਗਾਉਣਾ, ਸ਼ੋਰਟ 'ਚ ਰੱਖਿਓ, ਠੀਕ ਹੈ? ਹਾਂ ਦੱਸੋ, ਮੈਂ ਸਮਝਾਈ ਜਾਂਦਾ, ਦੱਸੋ ਬੋਲੋ। ਵੀਟ ਗ੍ਰਾਸ ਨੂੰ ਆਪਾਂ ਨੇ 15 ਟਰੇਆਂ ਲੈਣੀਆਂ ਨੇ। ਕੁਦਰਤੀ ਮਿੱਟੀ ਲੈ ਕੇ ਆਉਣੀ ਹੈ ਕਿਸੇ ਨਹਿਰ ਦੀ ਪਟੜੀ ਤੋਂ, ਕਿਸੇ ਖਾਲੀ ਪਈ ਜਗ੍ਹਾ ਤੋਂ, ਦਰਖਤਾਂ ਦੇ ਝੁੰਡ ਚੋਂ ਕੁਦਰਤੀ ਮਿੱਟੀ ਲੈ ਕੇ ਆਉਣੀ ਹੈ। ਕੁਦਰਤੀ ਮਿੱਟੀ ਦੇ ਉੱਤੇ ਆਪਣਾ ਪੁਰਾਣਾ ਘਰ ਦਾ 1 ਸਾਲ ਦਾ ਜਿਹੜਾ ਬੀਜ ਹੈ ਉਹ ਬੀਜਣਾ ਤੇ 9 ਤੋਂ 12 ਦਿਨ ਦੀ ਪੀਣੀ ਹੈ, ਵਰਤਣੀ ਸ਼ੁਰੂ ਕਰਨੀ ਹੈ। ਇਹ 1 ਟਰੇ ਹਰ ਰੋਜ਼ ਬੀਜਣੀ ਹੈ। 15 ਟਰੇਆਂ ਲਗਾਉਂਦੇ ਅਸੀਂ। ਕੋਈ ਵੀ ਭਿਆਨਕ ਬਿਮਾਰੀ ਹੈ 1 ਟਰੇ ਦੀ ਹੌਲੀ ਹੌਲੀ ਪਹਿਲਾਂ 10 ML ਤੋਂ ਸਟਾਰਟ ਕਰਕੇ ਅਸੀਂ 250 ML 300 ML ਤੱਕ ਲੈ ਕੇ ਜਾਣੀ ਹੈ। ਮੇਰੀ ਮਾਦਰ ਨੂੰ 2013 'ਚ ਡਾਕਟਰਾਂ ਨੇ ਜਵਾਬ ਦਿੱਤਾ ਸੀ, PGI ਨੇ ਜਵਾਬ ਦਿੱਤਾ, ਬੀਕਾਨੇਰ ਵਾਲਿਆਂ ਨੇ ਜਵਾਬ ਦਿੱਤਾ, DMC ਨੇ ਜਵਾਬ ਦਿੱਤਾ ਤੇ ਫਰੀਦਕੋਟ ਵਾਲਿਆਂ ਨੇ ਜਵਾਬ ਦਿੱਤਾ। ਕਹਿੰਦੇ ਵੀ 15 ਦਿਨ ਕੱਟੂਗੀ। ਅੱਜ ਉਸ ਪਰਮਾਤਮਾ ਦੀ ਕਿਰਪਾ ਨਾਲ ਜਾਂ ਵੀਟ ਗ੍ਰਾਸ ਨਾਲ ਅੱਜ ਮੇਰਾ ਪਿੰਡ ਕਾਂਝਾ, ਨਾਮ ਮੇਰਾ ਜਸਵਿੰਦਰ ਸਿੰਘ ਹੈ, ਫੋਨ ਨੰਬਰ ਮੇਰਾ 94632-89083, ਧੂਰੀ ਦੇ ਲਾਗੇ ਮੇਰਾ ਪਿੰਡ ਹੈ। ਅੱਜ ਮੇਰੇ ਕੋਲ ਸੈਂਕੜੇ ਮਰੀਜ਼ ਨੇ ਜਿਹੜੇ ਵੀਟ ਗ੍ਰਾਸ ਨਾਲ ਠੀਕ ਹੋਏ ਨੇ। ਬਸ ਇਹਦਾ ਵਰਤਣ ਦਾ ਤਰੀਕਾ ਕੀ ਹੈ, 10 ML ਤੋਂ ਸਟਾਰਟ ਕਰਕੇ ਆਪਾਂ ਨੇ 250-300 ML ਤੱਕ ਲੈ ਕੇ ਜਾਣਾ। ਜਿਹੜੇ ਵੀ ਮਰੀਜ਼ ਕਿਸੇ ਦੀ ਲੱਤ ਟੁੱਟੀ ਹੈ, ਕਿਸੇ ਨੂੰ ਕੋਈ ਚਮੜੀ ਰੋਗ ਹੈ, ਜੋ ਵੀ ਭਿਆਨਕ ਰੋਗ ਹੈ, ਤਾਂ ਹਰ ਰੋਗ ਤੇ ਇਹ ਕੰਮ ਕਰਦਾ। ਸਾਡੇ ਜੀ ਜਿਹੜੇ ਦੋਨੇ ਕੈਂਸਰ ਦੇ ਰਿਸਰਚ ਸੈਂਟਰ ਬਣ ਰਹੇ ਆ, ਅਸੀਂ ਵੀਰ ਜੀ ਨੂੰ ਰੋਲ ਨਹੀਂ ਦੇਵਾਂਗੇ ਕਿਉਂਕਿ ਅਸੀਂ ਅਪਰੂਵ ਹੋ ਚੁੱਕਿਆ ਇੰਗਲੈਂਡ ਦੇ ਵਿੱਚ ਵੀ, ਨਿਊਯਾਰਕ ਦੇ ਵਿੱਚ ਵੀ। ਅਸੀਂ ਤੈਨੂੰ ਆਪਦੇ ਰਿਸਰਚ ਸੈਂਟਰ ਤੇ ਲਾ ਦੇਵਾਂਗੇ। ਥੈਂਕ ਯੂ। ਚਿੰਤਾ ਨਾ ਕਰ, ਇਸ ਦੁਨੀਆ ਦੇ ਵਿੱਚ ਸੁਣਿਆ ਬਣ ਸਾਡੇ ਭੈਣ ਭਰਾਵਾਂ ਦੀ ਜਾਨ ਬਚ ਸਕੇ ਤੇ ਮੈਂ ਆਪ ਖੁਦ ਪੀਣਾ। ਮੇਰੇ ਭੈਣ ਭਰਾ ਬਹੁਤ ਵੱਡਾ ਕੈਂਪ ਲੱਗਿਆ ਹੱਬੀ ਧਾਰੀਵਾਲ ਦਾ, ਇਹ ਪੀਵਾਂਗੇ ਬਚਾਂਗੇ। ਇਹ ਕਣਕ ਦਾ ਜੂਸ ਕਹਿ ਲਓ, ਕਣਕ ਦੇ ਪੱਤਿਆਂ ਦਾ, ਕੋਈ ਇਹਦਾ ਕੋਈ ਇਹਦਾ ਆਪਣਾ ਸਾਈਡ ਇਫੈਕਟ ਨਹੀਂ ਗੇ। ਜਿਹੜੀਆਂ ਕੀਮੋ ਹੁੰਦੀਆਂ ਬੁਰਾ ਹਾਲ ਹੋ ਜਾਂਦਾ, ਰੇਡੀਓਥੈਰੇਪੀ ਲੈਂਦੇ ਹਾਂ, ਲੱਖਾਂ ਰੁਪਈਆ ਬਰਬਾਦ ਹੁੰਦਾ। ਆਹੋ ਯਾਰ ਗੁਰੂ ਸਾਹਿਬਾਂ ਦੇ ਆਪਾਂ ਸਾਦੇ ਜੀਵਨ ਤੇ ਆਹੀ ਚੀਜ਼ਾਂ ਕਹੀਆਂ ਸੀਗੀਆਂ। ਕਣਕ ਦੀਆਂ ਗੰਦਲਾਂ ਖਾਂਦੇ ਸੀ ਖੇਤ ਜਾ ਕੇ ਆਪਾਂ, ਉਹਨਾਂ ਦੀ ਬੜੀ ਕੜੱਤਣ ਸੀ, ਇਹਦੇ ਵੀ ਕੜੱਤਣ ਮੈਂ ਹੁਣ ਪੀਤਾ। ਇਹੀ ਚੀਜ਼ਾਂ ਵਰਤਾਂਗੇ ਤੇ ਰੋਗਾਂ ਤੋਂ ਆਪਾਂ ਨੂੰ ਬਚਾਉਣਗੀਆਂ, ਠੀਕ ਹੈ? ਪਲੀਜ਼ ਮੇਰੀ ਬੇਨਤੀ ਆ, ਹੱਥ ਜੋੜ ਕੇ ਸਭ ਨੂੰ, ਸਾਦਾ ਜੀਵਨ, ਗੁਰੂ ਸਾਹਿਬ ਦਾ ਮੇਰੇ ਬਾਬੇ ਨਾਨਕ ਦਾ ਕੋਈ ਸੁਨੇਹਾ ਸੀਗਾ, ਸਾਦਾ ਜੀਵਨ, ਸਾਦਾ ਜੀਵਨ ਜਨਮ ਤੋਂ ਲੈ ਕੇ ਮਰਨ ਤੱਕ। ਤੁਸੀਂ ਅੱਜ ਸੌਹਾਂ ਖਾ ਕੇ ਜਾਓ ਵੀ ਸਾਦੇ ਵਿਆਹ ਕਰਾਂਗੇ ਤੇ ਸਾਦੇ ਮਰਨੇ। ਤੁਹਾਨੂੰ ਰੋਗ ਰੋਗ ਤੁਹਾਡੇ ਦਿਮਾਗੀ ਬੋਝ ਆਏ ਨੇ, ਤੁਹਾਡਾ ਬੇੜਾ ਗਰਕ ਕੀਤਾ, ਤੁਹਾਨੂੰ ਕਿਸੇ ਨੇ ਨਹੀਂ ਸਮਝਾਉਣਾ, ਤੁਸੀਂ ਆਪਦਾ ਘਰ ਆਪ ਸਾਂਭਣਾ। ਮੇਰੇ ਭਰਾਵੋ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਗੁਰੂ ਸਾਹਿਬ ਨੇ ਤੁਹਾਨੂੰ ਤੰਬਾਕੂ ਤੋਂ ਵੀ ਮਨਾ ਕੀਤਾ ਸੀਗਾ ਵੀ ਤੰਬਾਕੂ ਨਹੀਂ ਖਾਣਾ। ਗੁਰੂ ਸਾਹਿਬ ਦਾ ਘੋੜਾ ਲੰਘਿਆ ਸੀ ਤੰਬਾਕੂ ਦੇ ਖੇਤ ਦੇ ਵਿੱਚ ਦੀ, ਤੇ ਤੁਸੀਂ ਤੰਬਾਕੂ ਖਾ ਰਹੇ ਹਾਂ ਯਾਰ। ਜਿਹੜਾ ਬੰਦਾ ਤੰਬਾਕੂ ਖਾਊਗਾ ਮੂੰਹ ਦਾ ਕੈਂਸਰ ਹੋਊ, ਗਲੇ ਦਾ ਕੈਂਸਰ ਹੋਊ, ਸਿਗਟਾਂ ਪੀ ਜਾਂਦੇ ਲੰਗ ਕੈਂਸਰ ਹੋਊਗਾ, ਉਹ ਧੂੰਏ ਦੇ ਨਾਲ ਦੇ ਬੰਦੇ ਨੂੰ ਵੀ ਕੈਂਸਰ ਹੋ ਜਾਂਦਾ। ਆਓ ਆਪਾਂ ਸਾਦੇ ਜੀਵਨ ਤੇ ਪਹਿਰਾ ਦਈਏ ਤੇ ਆਪਾਂ ਕੀ ਸਰਕਾਰ, ਲੋਕ ਹੀ ਸਰਕਾਰ ਹੁੰਦੇ, ਆਪਾਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਾਰਿਆਂ ਨੂੰ ਕੈਂਸਰ ਫ੍ਰੀ ਕਰਨੀ ਹੈ ਆਪਣੀ ਸਟੇਟ, ਜਿਹੜੀ ਇੰਨੀ ਬਦਨਾਮ ਹੋ ਚੁੱਕੀ ਹੈ, ਕੈਂਸਰ ਕੈਪੀਟਲ ਹੋ ਚੁੱਕੀ ਹੈ। ਪਲੀਜ਼ ਸਾਡਾ ਵਰਲਡ ਕੈਂਸਰ ਦਾ ਸਾਥ ਦਿਓ। ਅੱਜ ਲਾਈਨਾਂ ਬਹੁਤ ਲੰਬੀਆਂ, ਕੋਈ 15,000 ਲੋਕਾਂ ਨੂੰ ਸਾਹਮਣਾ ਬਹੁਤ ਔਖਾ ਹੈ। ਪਲੀਜ਼ ਸ਼ਾਂਤੀ ਰੱਖਿਓ। ਜੇ ਅੱਜ ਕੋਈ ਮਰੀਜ਼ ਰਹਿ ਗਿਆ, ਅਸੀਂ ਅੱਜ ਹੀ ਡੇਟ ਦੁਆਰਾ ਫਿਰ ਅਨਾਊਂਸ ਕਰ ਦੇਣੀ ਹੈ, ਕਿਉਂਕਿ ਅਸੀਂ ਬਿਲਕੁਲ ਫ੍ਰੀ ਕਰ ਰਹੇ ਹਾਂ ਹਰ ਚੀਜ਼ ਨੂੰ, ਅਸੀਂ ਕਿਸੇ ਤੋਂ ਕੋਈ 1 ਰੁਪਈਆ ਨਹੀਂ ਲੈ ਰਹੇਗੇ। ਪਲੀਜ਼ ਤੁਹਾਡੀ ਸ਼ਾਂਤੀ ਦੀ ਲੋੜ ਹੈ, ਲਾਈਨਾਂ 'ਚ ਬਣਾ ਕੇ ਰੱਖਿਓ। ਜੇ ਕੋਈ ਬੁੱਢੇ ਮਾਂ ਬਾਪ ਹੈ ਜੀ ਤੋਂ ਨਹੀਂ ਖੜਿਆ ਜਾਂਦਾ ਗਾ, ਉਹਦੀ ਸਮਾਂ ਪਹਿਲਾਂ ਉਹਨੂੰ ਲੰਘਾ ਦਿਓ। ਪਲੀਜ਼ ਮੈਨੂੰ ਬਹੁਤ ਖੁਸ਼ੀ ਹੈ
मेरे कोई लफ्ज नहीं, तुम इतने पहुंचे हो, यह मतलब थोड़े च जागरता आ चुकी है। पंजाब कैंसर का वड्डा कारण यही सी कि जागरता की घाट सी, जागरता थोड़े आ गई भरा, यही मैं लियानी चाहना, ता ही कैंसर तो आप रोग नूं कंट्रोल करांगे। बहुत धन्यवाद।